ਸੋ ਨੈਕਸਟ ਸਟੂਡੈਂਟ ਨੇ ਸਾਡੇ ਨਾਲ ਅਮਨਦੀਪ ਜੀ ਅਮਨਦੀਪ ਜੀ ਪਹਿਲੇ ਤਾਂ ਮੈਨੀ ਕੋਂਗਰੈਚੁਲੇਸ਼ਨ ਤੁਹਾਡਾ ਵੀਜ਼ਾ ਆ ਗਿਆ ਤਾਂ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਅੰਬਾਲਾ ਕੈਂਟ ਤੋਂ ਬਿਲੋਂਗ ਕਰਦੀ ਹਾਂ ਓਕੇ ਤਾਂ ਤੁਸੀਂ ਆਪਣੀ ਪ੍ਰੋਫਾਈਲ ਬਾਰੇ ਦੱਸੋ ਮੈਂ ਲਾਸਟ ਈਅਰ ਪਲੱਸ ਟੂ ਕੀਤੀ ਸੀ 76% ਨਾਲ ਕਾਮਰਸ ਸਟਰੀਮ ਤੋਂ ਐਂਡ ਮੈਂ ਦੈਨ ਮੈਂ ਆਈਲਸ ਕੀਤੀ ਜਿਹਦੇ 'ਚ ਮੇਰੇ ਇੱਕ ਮੋਡਿਊਲ 'ਚ 5.5 ਬੈਂਡ ਆਈ ਓਵਰਆਲ 6 ਐਂਡ ਦੈਨ ਮੈਂ ਕਿੱਧਰੇ ਹੋਰ ਅਪਲਾਈ ਕੀਤਾ ਸੀ ਜਿੱਥੋਂ ਦੀ ਮੇਰੀ ਰਿਫਿਊਜ਼ਲ ਆ ਗਈ ਸੀ ਦੈਨ ਮੇਰੇ ਫਾਦਰ ਨੇ ਸੁਜੈਸਟ ਕੀਤਾ ਕਿ ਲੈਂਡਮਾਰਕ ਜਾਓ ਅਤੇ ਉੱਥੋਂ ਦੀ ਮੇਰਾ ਵੀ ਉੱਥੇ ਮੈਂ ਆ ਕੇ ਟੀਚਰਸ ਨੂੰ ਮਿਲੀ ਐਂਡ ਬਾਰੂਲ ਮੈਂ ਮੇਰੇ ਕਾਊਂਸਲਰ ਸੀ ਉਹਨਾਂ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਿਆ ਐਂਡ ਮੇਰਾ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਮੈਨੂੰ ਔਰ ਉਹਨਾਂ ਦੇ ਥਰੂ ਹੀ ਮੇਰਾ ਵੀਜ਼ਾ ਆਇਆ ਸੋ ਤੁਹਾਡੇ ਫਾਦਰ ਸਾਹਿਬ ਨੂੰ ਕਿਹਨਾਂ ਨੇ ਦੱਸਿਆ ਸੀ ਲੈਂਡਮਾਰਕ ਬਾਰੇ ਮੇਰੇ ਫਾਦਰ ਦੀ ਫਰੈਂਡ ਨੇ ਆਪਣਾ ਟੂਰਿਸਟ ਵੀਜ਼ਾ ਲਗਵਾਇਆ ਸੀ ਲੈਂਡਮਾਰਕ ਤਾਂ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਲੈਂਡਮਾਰਕ ਨਾਲ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਿਕੋਜ਼ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਐਂਡ ਉਹਨਾਂ ਨੇ ਕੁਛ ਵੀ ਮਿਸਗਾਈਡ ਨਹੀਂ ਕੀਤਾ ਐਂਡ ਜੋ ਵੀ ਚੀਜ਼ ਸੀ ਉਹਨਾਂ ਨੇ ਸਾਨੂੰ ਸਭ ਸੱਚ ਸੱਚ ਦੱਸੀ ਓਕੇ ਗ੍ਰੇਟ ਸੋ ਤੁਸੀਂ ਕਿਹੜੇ ਕਾਲਜ 'ਚ ਜਾ ਰਹੇ ਹੋ ਅਤੇ ਤੁਹਾਡਾ ਮਤਲਬ ਕਿ ਕਿਹੜਾ ਕੋਰਸ ਹੈ ਜਿੱਥੇ ਤੁਹਾਡਾ ਐਡਮਿਸ਼ਨ ਹੋਇਆ ਮੈਂ ਨੋਰਦਨ ਕਾਲਜ ਜਾ ਰਹੀ ਹਾਂ ਟਿਮਿਨਸ ਕੈਂਪਸ ਐਂਡ ਮੇਰਾ ਬਿਜ਼ਨਸ ਅਕਾਊਂਟਿੰਗ ਦਾ ਕੋਰਸ ਹੈ ਓਕੇ ਗ੍ਰੇਟ ਸੋ ਮੈਨੀ ਕੋਂਗਰੈਚੁਲੇਸ਼ਨਸ ਥੈਂਕ ਯੂ ਤੁਹਾਡਾ ਪਾਸਪੋਰਟ ਥੈਂਕ ਯੂ